ਇਸਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਸੀ ਅੱਜ ਤੁਸੀਂ ਦੇਖ ਰਹੇ ਹੋ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਹਰੇਕ ਮੁਹੱਲੇ ਵਿੱਚ ਜਾ ਕੇ ਨਗਰ ਵਿੱਚ ਜਾ ਕੇ ਲੋਕਾਂ ਨੂੰ ਇਸ ਸਕੀਮ ਦਾ ਇਸਦੇ ਸੁਵਿਧਾਵਾਂ ਦਾ ਇਹਦੇ ਲਾਭ ਬਾਰੇ ਦੱਸਿਆ ਗਿਆ ਤੇ ਹੋਰ ਬੈਂਕ ਮੁਲਾਜ਼ਮਾਂ ਦੇ ਖਿਲਾਫ ਸਾਡੀ ਜਿਹੜੀ ਹੈ ਇਹ ਰੋਸ ਮਾਰਚ ਕੱਢਿਆ ਗਿਆ ਸ਼ਾਂਤੀਪੂਰਵਕ ਤੇ ਅਸੀਂ ਐਸ ਡੀ ਐਮ ਸਾਹਿਬ ਨੂੰ ਵੀ ਇਹੀ ਮੰਗ ਕਰਾਂਗੇ ਵੀ ਐਸ ਡੀ ਐਮ ਸਾਹਿਬ ਇਹਨਾਂ ਨੇ ਆਪ ਕੇਂਦਰ ਦੇ ਲਈ ਬਾਹਰ ਆਏ ਨੇ ਤੁਸੀਂ ਪੰਜ ਬੰਦੇ ਦਸ ਬੰਦੇ ਵੀਹ ਬੰਦੇ ਅੰਦਰ ਨਾ ਬੁਲਾਓ ਤੁਸੀਂ ਉੱਠ ਕੇ ਆਪਣੀ ਕੁਰਸੀ ਛੱਡ ਕੇ ਇਹਨਾਂ ਲੋਕਾਂ ਦੇ ਵਿੱਚ ਆਓ ਕਿਉਂਕਿ ਇਹ ਲੋਕ ਦੁਖੀ ਨੇ ਬੇਰੁਜ਼ਗਾਰ ਨੇ ਅੱਜ ਹਰ ਧਰਮ ਧੰਗਾ ਹੁੰਦਾ ਜਾ ਰਿਹਾ ਵਾ ਚਾਹੇ ਦਲਿਤ ਨੇ ਚਾਹੇ ਗਰੀਬ ਨੇ ਚਾਹੇ ਬੇਰੁਜ਼ਗਾਰ ਨੇ ਸਰਕਾਰਾਂ ਹਰੇਕ ਪੇਸ਼ ਰਿਹਾ ਗਰੀਬਾਂ ਲਈ ਮੁਸਲਿਮਾਂ ਲਈ ਬੇਰੁਜ਼ਗਾਰਾਂ ਲਈ ਦਿੰਦੀਆਂ ਨੇ ਪਰ ਉਹ ਜਿਹੜੇ ਅਫਸਰ ਬੈਠੇ ਨੇ ਜਿਹੜੇ ਸਰਕਾਰ ਦੇ ਅਥਲਾਈਜ਼ ਨੇ ਇਹ ਸਿਰਫ ਇਸ ਸਕੀਮਾਂ ਨੇ ਆਪਣੀ ਜੇਬ ਤੱਕ ਰੱਖਦੇ ਨੇ ਗਰੀਬਾਂ ਤੱਕ ਨਹੀਂ ਪਹੁੰਚਾਉਂਦੇ ਤਾਂ ਅਸੀਂ ਐਸ ਡੀ ਐਮ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਐਸ ਡੀ ਐਮ ਸਾਹਿਬ ਵੀ ਤੁਸੀਂ ਪਲੀਜ਼ ਆਪਣੀ ਕੁਰਸੀ ਛੱਡ ਕੇ ਇਹਨਾਂ ਲੋਕਾਂ ਦੇ ਵਿੱਚ ਆਓ ਸ੍ਰੀ ਵਿਜੇ ਨਾਮਾ ਜੀ ਉੱਤੇ ਖੜੇ ਨੇ ਉਹ ਮੰਗ ਪੱਤਰ ਤੁਸੀਂ ਇੱਥੋਂ ਲਓ ਸਾਡੇ ਅਮਿਤ ਵਰਮਾ ਜੀ ਜਿੱਥੇ ਕਿਤੇ ਮੇਰੀ ਆਵਾਜ਼ ਸੁਣਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਮੰਚ ਕੋਲ ਆ ਸ਼੍ਰੀ ਅਮਿਤ ਵਰਮਾ ਜੀ ਸਾਡੇ ਬਾਹਰ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਜੀ ਜਿਹਨਾਂ ਦੇ ਸਹਿਯੋਗ ਨਾਲ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਵਾ ਤੇ ਪੰਜਾਬ ਦੀਆਂ ਜਿੰਨੀ ਵੀ ਧਾਰਮਿਕ ਜਥੇਬੰਦੀਆਂ ਨੇ ਜਿੰਨੀ ਵੀ ਸੋਸ਼ਲ ਜਥੇਬੰਦੀਆਂ ਨੇ ਉਹਨਾਂ ਨੇ ਸਾਰਿਆਂ ਨੇ ਸ਼੍ਰੀ ਵਿਜੇ ਡਾਲਰ ਜੀ ਨੂੰ ਇਹਨਾਂ ਦੇ ਇੱਕ ਨੇਕ ਉਪਰਾਲੇ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਵਾ ਜੇ ਬੈਂਕਾਂ ਨਹੀਂ ਮੰਨਣਗੀਆਂ ਤਾਂ ਇਹ ਜਿਹੜੇ ਤੁਸੀਂ ਰੋਜ਼ ਟੀਵੀ 'ਚ ਦੇਖਦੇ ਹੋ ਕਿਤੇ ਰੇਲਾਂ ਰੱਖੀਆਂ ਜਾ ਰਹੀਆਂ ਕਿਤੇ ਰੋਡ ਜਾਮ ਦਿੱਤੇ ਜਾ ਰਹੇ ਨੇ ਕਿਤੇ ਧਰਨੇ ਦਿੱਤੇ ਜਾ ਰਹੇ ਨੇ ਫਿਰ ਉਹ ਬੰਦ ਨਹੀਂ ਹੋਊਗਾ ਇਹ ਸਾਰਾ ਕੁਛ ਉਸ ਤੋਂ ਬਾਅਦ ਸ਼ੁਰੂ ਕੀਤਾ ਜਾਊਗਾ ਰੇਲਾਂ ਵੀ ਰੋਕੀਆਂ ਜਾਣਗੀਆਂ ਧਰਨੇ ਵੀ ਦਿੱਤੇ ਜਾਣਗੇ ਰੋਡ ਵੀ ਜਾਮ ਦਿੱਤਾ ਜਾਊਗਾ ਐਸ ਡੀ ਐਮ ਸਾਹਿਬ ਨੂੰ ਬੇਨਤੀ ਆ ਕਿ ਪਲੀਜ਼ ਆ ਬਾਹਰ ਆ ਜਾਓ ਜੀ